ਸਤਿ ਸ਼੍ਰੀ ਅਕਾਲ ਜੀ, ਮੈਂ ਅਕਸ਼ਿਤਾ ਸ਼ਰਮਾ ਅਤੇ ਅੱਜ ਅਸੀਂ ਗੱਲ ਕਰਾਂਗੇ ਸ਼ਾਵਾਨੀ ਗਿਰਧਾਰੀ ਲਾਲ ਬਾਰੇ। ਅਤੇ ਮੇਰੇ ਕਰੈਕਟਰ ਦਾ ਨਾਮ ਹੈ ਜੀ ਤਾਰੋ, ਅਤੇ ਮੈਂ ਗਿਰਧਾਰੀ ਦੀ ਭਾਬੀ ਦਾ ਰੋਲ ਪਲੇ ਕਰ ਰਹੀ ਹਾਂ। ਅਤੇ ਬਹੁਤ ਹੀ ਫੈਮਿਲੀ ਡਰਾਮਾ ਹੈ ਮੂਵੀ, ਅਤੇ ਥਰੂ ਆਊਟ ਸਾਡਾ ਫੈਮਿਲੀ ਦਾ ਚੱਲਦਾ ਰਹਿੰਦਾ, ਕੁਛ ਨੋਕ ਚੋਕ ਚੱਲਦੀ ਰਹਿੰਦੀ, ਜਿਵੇਂ ਦਿਓਰ ਭਾਬੀ ਦਾ ਰਿਲੇਸ਼ਨ ਹੁੰਦਾ ਉਸ ਤਰ੍ਹਾਂ ਦਾ ਹੀ ਹੈਗਾ। ਸਾਨੂੰ ਉਹਦੇ ਬਾਰੇ ਕੰਸਰਨ ਵੀ ਹੈ, ਪਰ ਅਸੀਂ ਉਸ ਟੀਚਰਾਂ ਵੀ ਕਰਦੇ ਰਹਿੰਦੇ ਹਾਂ। ਅਤੇ ਪਿਆਰੀ ਜੀ ਮੂਵੀ ਹੈ, ਬਹੁਤ ਵੱਡੀ ਸਟਾਰਕਾਸਟ ਹੈ, ਅਤੇ ਸਾਨੂੰ ਸੈੱਟ 'ਤੇ ਬਹੁਤ ਮਜ਼ਾ ਆਇਆ ਕੰਮ ਕਰਦੇ, ਬਿਕੋਜ਼ ਇੰਨੀ ਸਾਰੀ ਸਟਾਰਕਾਸਟ ਸੀਗੀ ਅਤੇ ਅਸੀਂ ਬੋਰ ਤਾਂ ਬਿਲਕੁਲ ਨਹੀਂ ਹੋ ਸਕਦੇ ਸੈੱਟ 'ਤੇ ਓਬਵੀਅਸਲੀ, ਕਿਉਂਕਿ ਅਸੀਂ ਮੋਸਟਲੀ ਵੈਨਿਟੀ 'ਚ ਵੀ ਨਹੀਂ ਜਾਂਦੇ ਸੀ, ਸਾਰੇ ਇਕੱਠੇ ਬੈਠਦੇ ਸੀਗੇ ਸੈੱਟ 'ਤੇ ਹੀ ਗੱਲਾਂ ਮਾਰਦੇ ਸੀ। ਜਦੋਂ ਟੇਕ ਹੁੰਦਾ ਸੀ ਟੇਕ ਕਰਦੇ ਸੀ, ਆਫ ਕੈਮਰਾ ਬਸ ਸਾਡੀ ਗੱਲਾਂ ਸ਼ੁਰੂ ਹੋ ਜਾਂਦੀਆਂ ਸੀਗੀਆਂ। ਕਿੱਦਾਂ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਮੈਂ ਤੁਹਾਨੂੰ ਜਿਵੇਂ ਦੱਸਿਆ ਬਹੁਤ ਵਧੀਆ ਐਕਸਪੀਰੀਅੰਸ ਸੀਗਾ, ਮੇਰੀ ਫਸਟ ਮੂਵੀ ਹੈ ਹੰਬਲ ਪਿਕਚਰਸ ਦੇ ਨਾਲ, ਅਤੇ ਤੁਹਾਨੂੰ ਪਤਾ ਜਿੱਦਾਂ ਵੱਡਾ ਨਾਮ ਹੈਗਾ, ਅਤੇ ਆਈ ਵਾਜ਼ ਆਲਸੋ ਲਿਟਲ ਥੋੜ੍ਹਾ ਐਕਸਾਈਟਿਡ ਵੀ ਸੀਗੀ, ਨਰਵਸ ਵੀ ਸੀਗੀ ਕਿ ਕਿਸ ਤਰ੍ਹਾਂ ਹੈ ਨਾ, ਕਿਸ ਤਰ੍ਹਾਂ ਹੋਊਗਾ। ਬਟ ਜਦੋਂ ਸੈੱਟ 'ਤੇ ਅਸੀਂ ਪਹੁੰਚੇ, ਬਹੁਤ ਹੀ ਇੱਕ ਕੋਆਰਡੀਨੇਟਡ ਸਿਸਟਮ ਸੀਗਾ, ਸਾਰੀ ਟੀਮ ਵਰਕ ਬਹੁਤ ਵਧੀਆ ਸੀਗਾ, ਇਹਨਾਂ ਦੇ ਸਾਰੇ ਟੀਮ ਦੇ ਜਿਹੜੇ ਮੈਂਬਰ ਸੀਗੇ, ਏਡੀਜ਼ ਸੀਗੇ, ਜੋ ਕੋਸਟਿਊਮ ਸਾਰੇ, ਮਤਲਬ ਸਭ ਕੁਝ ਪਰਫੈਕਟ ਸੀਗਾ, ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਸੈੱਟ 'ਤੇ। ਅਤੇ ਟਾਈਮ ਕੋਆਰਡੀਨੇਟ ਵੀ ਬਹੁਤ ਈਜ਼ੀਲੀ ਹੁੰਦਾ, ਬਿਕੋਜ਼ ਬਹੁਤ ਮੁਸ਼ਕਿਲ ਹੈ ਇੰਨੇ ਸਾਰੇ ਸਟਾਰਕਾਸਟ ਨੂੰ ਇੱਕ ਟਾਈਮ 'ਤੇ, ਕਿਉਂਕਿ ਜਿਸ ਦਿਨ ਸਾਡੇ ਸਾਰੇ ਸਟਾਰਕਾਸਟ ਸੈੱਟ 'ਤੇ ਸੀਗੀ, ਉਸ ਦਿਨ ਤਾਂ ਇੱਦਾਂ ਲੱਗ ਰਿਹਾ ਸੀ ਕਿ ਜਿਵੇਂ ਕਿ ਮੇਲਾ ਵੀ ਪਤਾ ਨਹੀਂ ਬਹੁਤ ਵੱਡਾ ਮੇਲਾ ਲੱਗਿਆ ਹੋਇਆ, ਅਤੇ ਅਸੀਂ ਬਹੁਤ ਇੰਜੋਏ ਕੀਤਾ ਸੈੱਟ 'ਤੇ। ਇਸ ਤੋਂ ਪਹਿਲਾਂ ਮੈਂ ਹਸ਼ਰ ਕੀਤੀ ਹੈ, ਤੇਰਾ ਮੇਰਾ ਕੀ ਰਿਸ਼ਤਾ, ਮੁੰਡੇ ਯੂਕੇ ਦੇ, ਪਰੌਣੇ, ਲਾਵਾਂ ਫੇਰੇ, ਹਾਂਜੀ, ਅਤੇ ਕਾਕੇ ਦਾ ਵਿਆਹ, ਅਤੇ ਹੁਣ ਆ ਰਹੀ ਹੈ ਨਹੀਂ ਮੈਂ ਸੱਸ ਕੁੱਟਣੀ ਤੋਂ ਬਾਅਦ। ਹਾਂਜੀ, ਮੈਂ ਐਕਚੁਲੀ ਹੰਬਲ ਨਾਲ ਪੈਸੇ ਕੰਮ ਕੀਤਾ ਹੋਇਆ, ਡਬਿੰਗ ਵਗੈਰਾ ਕੀਤੀ ਹੋਈ ਹੈ ਇਹਨਾਂ ਦੀ, ਅਤੇ ਬਸ ਉਹਨਾਂ ਦੀ ਕਾਲ ਆਈ ਕਿ ਕਰੈਕਟਰ ਹੈ ਤੁਹਾਡੇ ਵਾਸਤੇ, ਅਤੇ ਪਲੀਜ਼ ਤੁਸੀਂ ਸੁਣੋ। ਅਤੇ ਮੈਂ ਜਦੋਂ ਸੁਣਿਆ ਕਰੈਕਟਰ ਬਾਰੇ, ਅਤੇ ਆਈ ਰੀਅਲੀ ਲਾਈਕ, ਔਰ ਬਹੁਤ ਐਕਸਾਈਟਿਡ ਸੀ ਇੰਨੀ ਵੱਡੇ ਪ੍ਰੋਜੈਕਟ ਨਾਲ ਜੁੜਨ ਵਾਸਤੇ। ਨਹੀਂ, ਹਾਰਸ਼ ਤਾਂ ਨਹੀਂ ਸੀਗੇ ਬਿਲਕੁਲ ਵੀ, ਬਟ ਹਾਂ, ਜਦੋਂ ਅਸੀਂ ਥੋੜ੍ਹੇ ਗੱਲਾਂ ਬਾਤਾਂ ਕਰਨ 'ਚ ਥੋੜ੍ਹੇ ਬਿਜ਼ੀ ਹੋ ਜਾਂਦੇ ਸੀ, ਤਾਂ ਸਾਨੂੰ ਰੋਕ ਦਿੰਦੇ ਸੀ ਕਿ ਹੁਣ ਟੇਕ ਦਾ ਟਾਈਮ ਹੈ, ਹੁਣ ਤੁਸੀਂ ਆ ਜਾਓ ਕਰੈਕਟਰ 'ਚ ਆ ਜਾਓ। ਬਟ ਹੀ ਵਾਜ਼ ਨੋਟ ਐਟ ਆਲ ਹਾਰਸ਼, ਅਤੇ ਬਹੁਤ ਈਜ਼ੀਲੀ ਜਦੋਂ ਕੁਛ ਗਲਤ ਵੀ ਡਾਇਲੋਗ ਥੋੜ੍ਹਾ ਕੁਛ ਚਾਹੁੰਦੇ ਸੀ, ਇੰਪਰੋਵਾਈਜੇਸ਼ਨ ਚਾਹੁੰਦੇ ਸੀਗੇ, ਅਤੇ ਸਾਈਡ 'ਤੇ ਲੈ ਜਾ ਕੇ ਤੁਸੀਂ ਇਸਨੂੰ ਨਾ ਇਸ ਤਰ੍ਹਾਂ ਨਾਲ ਬੋਲ ਦਿਉ, ਇਸ ਸਟਾਈਲ ਨਾਲ ਬੋਲ ਦਿਉ, ਤਾਂ ਬੈਟਰ ਲੱਗੂਗਾ। ਅਤੇ ਬਹੁਤ ਕੋਆਪਰੇਟਿਵ, ਮਤਲਬ ਡਾਇਰੈਕਟਰ ਸੀਗੇ, ਬਿਲਕੁਲ ਨਹੀਂ ਗੁੱਸੇ ਵਾਲੇ ਤਾਂ ਬਿਲਕੁਲ ਨਹੀਂ ਸੀਗੇ। ਹਾਂਜੀ ਹਾਂਜੀ, ਔਖਾ ਹੈ ਸੱਚ ਨਹੀਂ, ਬਿਕੋਜ਼ ਹਸਾਉਂਦੇ ਤਾਂ ਉਹ ਰਹਿੰਦੇ ਆ, ਸੀਰੀਅਸ ਕਰੈਕਟਰ ਇੱਦਾਂ ਦਾ ਸੀਰੀਅਸ ਹੈ ਨਹੀਂ ਇਹਦਾ, ਕਿਉਂਕਿ ਬਿਕੋਜ਼ ਬਹੁਤ ਲਾਈਟ ਮੂਵੀ ਹੈ, ਪਿਆਰ ਭਰੀ ਮੂਵੀ ਹੈ, ਹਾਸੇ ਖੇਡੀਆਂ ਵਾਲੀ ਮੂਵੀ ਹੈ, ਵਿਦ ਅ ਮੈਸੇਜ, ਵਿਦ ਅ ਵੈਰੀ ਗੁੱਡ ਮੈਸੇਜ। ਅਤੇ ਬਟ ਹਾਂ, ਮੁਸ਼ਕਿਲ ਤਾਂ ਹੁੰਦਾ ਸੀ, ਕਿਉਂਕਿ ਅਸੀਂ ਆਪ ਵੀ ਹੱਸ ਪੈਂਦੇ ਸੀ, ਕੋਈ ਨਾ ਕੋਈ ਕੁਛ ਨਾ ਕੁਛ ਤਾਂ ਵਿੱਚ ਪ੍ਰੋਮਟੂ ਹੋ ਜਾਂਦਾ ਸੀਗਾ, ਅਤੇ ਸਾਨੂੰ ਕਈ ਵਾਰ ਕੰਟਰੋਲ, ਕਈ ਵਾਰ ਡਾਂਟ ਵੀ ਪੈ ਜਾਂਦੀ ਸੀਗੀ ਕਿ ਹੁਣ ਤੁਸੀਂ ਟੇਕ ਹੀ ਕਰੋ, ਹੁਣ ਉੱਧਰ ਹੀ ਧਿਆਨ ਦਿਓ, ਇੱਧਰ ਉੱਧਰ ਧਿਆਨ ਨਾ ਦਿਓ। ਬਟ ਵਧੀਆ ਸੀਗਾ, ਕਿਉਂਕਿ ਜਦੋਂ ਤੁਸੀਂ ਹਾਸੀ ਮਜ਼ਾਕ ਕਰਦੇ ਹੋ ਸੈੱਟ 'ਤੇ, ਤਾਂ ਤੁਹਾਡਾ ਮਾਹੌਲ ਨਾ ਬਹੁਤ ਵਧੀਆ ਬਣਿਆ ਰਹਿੰਦਾ, ਨਹੀਂ ਤਾਂ ਸਾਰੇ ਸੀਰੀਅਸ ਬੈਠ ਜਾਣ ਨੂੰ ਇੱਧਰ ਉੱਧਰ, ਅਤੇ ਉਹ ਮਜ਼ਾ ਨਹੀਂ ਆਉਂਦਾ ਕੰਮ ਕਰਨ 'ਚ। ਸ਼ਾਇਦ ਬਟ ਨਹੀਂ, ਇੰਨੀ ਡਾਂਟ ਵੀ ਨਹੀਂ ਪੈਂਦੀ ਸੀ, ਉਹ ਵੀ ਥੋੜ੍ਹੀ ਝਿੜਕਾਂ ਮਾਰ ਕੇ ਚੁੱਪ ਕਰਾ ਦਿੰਦੇ ਸੀ, ਬਟ ਇੱਦਾਂ ਨਹੀਂ, ਬਟ ਹਾਂ, ਸ਼ਾਇਦ ਮਜ਼ਾਕ ਤਾਂ ਸਾਰੇ ਕਰਦੇ ਹੀ ਸੀਗੇ ਸੈੱਟ 'ਤੇ। ਹਾਂਜੀ, ਹੁਣ ਨੈਕਸਟ ਆ ਰਿਹਾ ਜੀ, ਨਹੀਂ ਮੈਂ ਸੱਸ ਕੁੱਟਣੀ, ਬਨਵੈਦ ਫਿਲਮਸ ਦੀ ਮੂਵੀ ਹੈ, ਉਹ ਮੈਨੂੰ ਲੱਗਦਾ ਫੈਬਰਰੀ 'ਚ ਸ਼ਾਇਦ ਰਿਲੀਜ਼ ਹੈ। ਹਾਂਜੀ, ਨਹੀਂ ਮੈਂ ਸੱਸ ਕੁੱਟਣੀ, ਹਾਂਜੀ, ਉਸ 'ਚ ਮੈਂ ਗੁਰਪ੍ਰੀਤ ਸਰ ਦੇ ਓਪੋਜ਼ਿਟ ਪਲੇ ਕਰ ਰਹੀ ਹਾਂ। ਹੈਲੋ ਐਵਰੀਵਨ, ਦਿਸ ਇਜ਼ ਅਕਸ਼ਿਤਾ ਸ਼ਰਮਾ ਐਂਡ ਯੂ ਆਰ ਵਾਚਿੰਗ ਮੀ ਔਨ ਵਿਜ਼ਨ ਨਿਊਜ਼। ਲਾਈਕ, ਸ਼ੇਅਰ, ਸਬਸਕ੍ਰਾਈਬ, ਐਂਡ ਹੈਪੀ ਨਿਊ ਈਅਰ ਟੂ ਆਲ ਆਫ ਯੂ। ਥੈਂਕ ਯੂ।